1, 2, 3. Assalamu Waalaikum salam akho sare. Waalaikum salam. ਸਾਡੀ ਤਰਫੋਂ ਵੀ ਸਾਰਿਆਂ ਨੂੰ ਸਲਾਮ ਅਲੈਕਮ ਵੇਖਣ ਵਾਲਿਆਂ ਨੂੰ ਤੇ ਅੱਗੇ ਦਵਾਣੇ ਤੇ ਤੁਹਾਨੂੰ ਬਥੇਰੇ ਵੀਡੀਓ ਵਿਖਾ ਰਹੇ ਆ। ਅੱਜ ਤੁਹਾਨੂੰ ਵਿਖਾਣੇ ਆ ਇੱਕ ਮੁਰਗੀ ਨੂੰ ਕੀ ਕਹਿੰਦੇ ਨੇ ਪੰਜਾਬੀ ਵਿੱਚ, ਕੋਈ ਨਹੀਂ ਚੇਤਾ ਕਿਆ? ਕੁੱਕੜੀ। ਕੁੱਕੜੀ। ਅੱਛਾ ਕੁੱਕੜੀ, ਕੁੱਕੜੀ। ਅੱਛਾ ਮੁਰਗੀ ਹੈ ਜਿਹੜੀ ਇਹ ਸਾਡੇ। ਕੇਐਫਸੀ ਮੁਰਗੀ। ਅੱਛਾ ਕੇਐਫਸੀ ਮੁਰਗੀ, ਕੇਐਫਸੀ ਸਟਾਈਲ ਦੀ ਮੁਰਗੀ ਨਹੀਂ, ਅਮਰੀਨ ਦੀ ਪਿਆਰੀ ਹੈ। ਅਮਰੀਨ ਦੀ ਪਿਆਰੀ। ਅੱਛਾ ਅਮਰੀਨ ਨੂੰ ਬੜੀ ਪਸੰਦ ਹੈ। ਅੱਛਾ ਇਹਦੇ ਵਿੱਚ ਇਸ ਤਰ੍ਹਾਂ ਕਿ ਮੁਰਗੀ ਅਸੀਂ ਲਈ ਹੈ ਬੋਨਲੈਸ 1 ਕਿਲੋ, 2 ਅੰਡੇ, ਇਹ ਕੋਰਨਫਲੈਕਸ, ਇਹਨਾਂ ਨੂੰ ਵੀ ਫੜ ਕੇ ਤੇ ਥੋੜਾ ਥੋੜਾ ਤਬਦੀਲ ਕਰ ਲੈਂਦੇ ਹਾਂ। ਇਹ ਕੋਰਨਫਲੈਕਸ ਹੁੰਦੇ ਨੇ ਮਕਈ ਦੇ ਕੇ। ਕੋਰਨਫਲੈਕਸ। ਅੱਛਾ ਕੋਰਨਫਲੈਕਸ, ਇਹ ਪੰਜਾਬੀ ਵਿੱਚ ਕੋਰਨਫਲੈਕਸ ਹੀ ਕਹਿੰਦੇ ਨੇ। ਤੇ ਆਟਾ ਨਾਰਮਲ ਜਿਹੜਾ ਘਰ ਚ ਲੱਭਦਾ ਜਾਂ ਮੈਦਾ ਵੀ ਹੋਵੇ ਤੇ ਫਿਰ ਵੀ ਠੀਕ ਹੈ। 1 ਚਮਚ ਕਾਲੀਆਂ ਮਿਰਚਾਂ ਤੇ 1 ਚਮਚ ਨਮਕ। ਨਮਕ। ਅੱਛਾ ਲੋ ਤੁਸੀਂ ਫਿਰ ਇਹਨਾਂ ਨੂੰ ਇਹਦੇ ਵਿੱਚ ਆਟੇ ਚ ਮਿਕਸ ਕਰੋ। ਇਹ ਨਮਕ ਤੇ ਮਿਰਚਾਂ ਨੇ ਜਿਹੜੀਆਂ ਇਹਨਾਂ ਨੂੰ ਆਟੇ ਵਿੱਚ ਮਿਕਸ ਕਰ ਲੈਣਾ। ਛੋਟੇ ਤੋਂ ਹੀ ਤੂੰ ਗੱਲ ਕਰ, ਮੈਂ ਇਹਨਾਂ ਨੂੰ ਮੁਰਗੀ ਨਾ ਕੱਟ ਲਾਂ। ਅੱਛਾ ਅੰਡੇ ਨੂੰ ਜਿਹੜੇ ਇਹਨਾਂ ਨੂੰ ਤੁਹਾਨੂੰ ਤਰੋੜ ਲੈਂਦੇ ਹਾਂ। ਅੰਡੇ ਭੰਨ ਕੇ ਅਸੀਂ ਲੈ ਆਉਂਦੇ ਨੇ ਦੋ ਛੋਟੇ ਯਾਰ, ਥੋੜ੍ਹਾ ਜਿਹਾ ਟੀਮ ਵਰਕ ਹੈ ਨਾ ਤੁਸੀਂ ਲੈ ਆਏ, ਇਹਨਾਂ ਨੂੰ ਮਿਕਸ ਕਰ ਜ਼ਰਾ ਅੰਡਿਆਂ ਨੂੰ। ਅੰਡੇ ਮਿਕਸ ਕਰ ਲੈਣੇ ਨੇ, ਫੈਂਟ ਲੈਣੇ ਨੇ। ਇਹ ਲੈ ਛੋਟੇ ਇੱਥੇ ਰੱਖ ਲੈਣ, ਫੈਂਟ ਲੈਣ। ਸਹੀ ਸਹੀ ਜ਼ੋਰ ਜ਼ੋਰ। ਅੱਛਾ ਚਿਕਨ ਕੱਟੀਏ, ਉੱਥੇ ਉੱਠਿਆ ਜਾ ਉਹਨੂੰ ਦਹੀਂ, ਉਹ ਚਿਕਨ ਕੱਟਣ ਵਾਲਾ ਸੌਦਾ ਜੀ। ਅਮਰੀਨ ਬੈਠੀ ਸਾਈਡ ਤੇ ਥੋੜੀ ਜੀ। ਲੋ ਜੀ ਕੋਰਨਫਲੈਕਸ ਜਿਹੜੀ ਇਹ ਤੇ ਕੁੜੀ ਨੇ ਵਾਹਵਾ ਤਰੀਕ ਬਰੀ ਕਰ ਲਈ ਹੈ। ਚਲੋ ਬੇਟੀ ਇਹ ਠੀਕ ਹੋ ਗਈ, ਆਟਾ ਵੀ ਇੱਧਰ ਸਾਈਡ ਤੇ ਕਰ ਲੈਂਦੇ ਹਾਂ, ਇਹ ਦੀ ਹੁਣ ਕੋਈ ਲੋੜ ਨਹੀਂ। ਲੋ ਜੀ ਮੁਰਗੀ ਹੈ ਜਿਹੜੀ, ਇਸ ਤੇ ਕੋਸ਼ਿਸ਼ ਕਰਨੀ ਹੈ ਕਿ ਜਿਤਨੇ ਕੁ ਤੁਸੀਂ ਨਾ ਬਰੀਕ ਬਰੀਕ ਪੀਸ ਕੱਟ ਲਓ, ਕਿਉਂਕਿ ਉਤਰੇ ਪਿਆਰੇ ਵੀ ਬਣਨ ਦੇ ਤੇ ਜਲਦੀ ਹੋ ਜਾਂਦੇ। ਲੋ ਜੀ ਬਿਨੀਆ ਬਿਨ, ਤੂੰ ਤੇ ਅੰਡਾ ਫੈਂਟ ਆਉਂਦਾ ਫਿਰ ਹੈ, ਵੈਰੀ ਗੁੱਡ ਮੈਨ। ਲੋ ਜੀ ਅੰਡਾ ਸਾਡਾ ਫੈਂਟ ਗਿਆ, ਮੁਰਗੀ ਕੱਟ ਲੈਂਦੇ ਹਾਂ। ਮੁਰਗੀ ਨੂੰ ਬੜਾ ਬਰੀਕ ਜਿਹਾ ਕੱਟਣਾ, ਜ਼ਿਆਦਾ ਮੋਟੀ ਹੋਵੇ ਦੀ ਤਾਂ ਫਿਰ ਗਲਤੀ ਨਹੀਂ ਸਹੀ। ਇਹ ਵੇਖੋ ਇਹਦੇ ਇਸ ਤਰ੍ਹਾਂ ਪੀਸ ਕੱਟ ਲੈਣੇ ਨੇ। ਉਹ ਚੁੱਪ ਹੀ ਕਰ ਗਏ, ਉਹ ਬੋਲੋ ਚਲੋ ਕੋ ਤੁਸੀਂ ਵੀ, ਕਿਉਂ ਬੰਦਾ ਗੱਪ ਸ਼ੱਪ ਲਾਉਂਦਾ ਹੈ ਜ਼ਰਾ ਕੇ ਪਕਾਉਂਦੇ ਆ ਪਕਾਉਂਦੇ। ਭੁੱਖ ਲੱਗੀ। ਅੱਛਾ ਇਹਨਾਂ ਨੂੰ ਭੁੱਖ ਲੱਗੀ, ਖਵਾਲਦੇ ਹਾਂ ਤੁਹਾਨੂੰ, ਪੱਕ ਰਹਿੰਦੇ ਹੈ ਨਾ, ਖਵਾਲਦੇ ਹਾਂ ਫਿਰ ਤੁਹਾਨੂੰ। ਮੈਂ ਮੁਰਗੀ ਕੱਟਣਾ ਪਿਆ, ਤੁਸੀਂ ਜਿਹਨਾਂ ਨੂੰ ਇਹਦੇ ਤੇਲ ਸੱਟ ਲਓ, ਇਹਦੀ ਤਾਂ ਲੋੜ ਹੀ ਕੋਈ ਨਹੀਂ, ਉਹ ਚਿੰਤਾ ਲੈਣਾ ਤੇਲ ਲੈ ਲਓ ਤੁਸੀਂ ਸੱਟੋ। ਚਿਕਨ ਉਹ ਚਿਕਨ ਕੱਟ ਲੈਣਾ,
ਸੋੜੀ ਪੈ ਗਈ ਬਾਹਰ ਤੋਂ ਲੱਗੀ ਹੈ ਮੈਂ ਕਿਆ ਕਰਨਾ ਹੈ ਨਾ ਹੈ ਤਾਂ ਇੱਕ ਮਿੰਟ ਰਹਿ ਜਾਂਦੇ ਐਨ ਮੰਟ ਤੇਲ ਜਿਹੜਾ ਇਸ ਨੂੰ ਤਕਰੀਬਨ ਤੇਲ ਲੈ ਲਓ ਜਾਂ ਘਿਓ ਲੈ ਲਓ ਜਿਹੜੀ ਵਿਸ਼ਾ ਹੋਵੇ ਜ਼ਰੂਰੀ ਨਹੀਂ ਕਿ ਤੇਲ ਹੀ ਹੋਵੇ ਥੋੜ੍ਹੀ ਜਿਹੀ ਮਿੱਠੀ ਅੱਗ 'ਤੇ ਕਰੋ ਤੁਸੀਂ ਇਹਨੂੰ ਨੰਬਰ 6 'ਤੇ ਕਰ ਛੱਡੋ ਤੁਸੀਂ ਬਸ ਮੁਰਗੀ ਅਸਾਂ ਆਪਣੀ ਕੱਟ ਲਈ ਹੈ ਪੀਸ ਹੋ ਗਏ ਨੇ ਅਤੇ ਹੁਣ ਅਮਰੀਨ ਫਿਰ ਤੂੰ ਹੀ ਬਣਾਉਣਾ ਹੈ ਤੇਲ ਗਰਮ ਹੋ ਰਹਿੰਦਾ ਨਾ ਅਤੇ ਬਣਾ ਬਸ ਇਹ ਹੁਣ ਫਿਰ ਤੁਹਾਨੂੰ ਨਾਲ ਬਣਾ ਕੇ ਦੱਸਦੇ ਨੇ ਇਹ ਅਸਲ ਸਾਡੇ ਬੱਚਿਆਂ ਦੀ ਫੇਵਰੇਟ ਹੈ ਅਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਘਰ 'ਚ ਬੱਚੇ ਬਣਾਵਣ ਕਿਉਂਕਿ ਫਿਰ ਬੜੇ ਫਖਰ ਨਾਲ ਕਹਿੰਦੇ ਨੇ ਮੈਂ ਬਣਾਈ ਸੀ ਅਤੇ ਬਹੁਤ ਸਿੰਪਲ ਜਿਹੀ ਰਿਸੈਪਟ ਹੈ ਹਰ ਬੰਦਾ ਬੜਾ ਈਜ਼ੀ ਘਰ ਬਣਾ ਸਕਦਾ ਇਸ ਨੂੰ ਇਸ ਨੂੰ ਆਟੇ ਵਿੱਚ ਤੇ ਇੱਕ ਵਾਰੀ ਕੱਢਣਾ ਅਮਰੀਨ ਇਹ ਤਾਂ ਥੋੜ੍ਹੇ ਜਿਹੇ ਛੋਟੇ ਕਰ ਲਓ ਪਲੀਜ਼ ਮੇਰਾ ਖਿਆਲ ਹੈ ਕਿ ਇੱਕ ਵੱਡੇ ਹੀ ਹੋ ਗਏ ਇਸ ਦੇ ਪਲੇਟ ਅਸਲ ਸਾਡੀ ਹੈ ਜਿਹੜੀ ਛੋਟੀ ਜੀ ਐਲੋਮਰੀ ਮੈਂ ਠੀਕ ਹੋ ਗਿਆ ਫਿਰ ਅੰਡੇ ਵਿੱਚ ਛੋਟੇ ਤੂੰ ਹੀ ਬਣਾਉਣਾ ਇੱਕ ਹੈ ਠੀਕ ਵੈਰੀ ਗੁੱਡ ਲੋ ਅਮਰੀਨ ਇਹਨੂੰ ਨੇੜੇ ਕਰ ਲਓ ਠੀਕ ਹੋ ਗਿਆ ਅਮਰੀਨ ਅਸੀਂ ਕੋਈ ਪ੍ਰੋਫੈਸ਼ਨਲ ਕੁੱਕ ਕੋ ਨਹੀਂ ਆ ਤੁਹਾਨੂੰ ਇਹ ਵੀ ਨਾਲ ਦੱਸ ਰਹੀ ਹੈ ਇਹ ਵੈਸੇ ਸਾਡਾ ਮਸ਼ਗਲਾ ਕਹਿ ਲਓ ਨਾਲੇ ਤੁਹਾਨੂੰ ਥੋੜ੍ਹਾ ਜਿਹਾ ਨਾਲ ਦੱਸਦੇ ਰਹੀਏ ਵਾ ਇੱਥੇ ਬੰਦੇ ਨਾਰਮਲ ਉਸ ਤਰ੍ਹਾਂ ਹੀ ਰਹਿੰਦੇ ਨੇ ਜਿਵੇਂ ਪਾਕਿਸਤਾਨ ਰਹਿੰਦੇ ਆ ਅਤੇ ਇੰਡੀਆ ਆਪਣੇ ਸਾਰੇ ਆਪਣੇ ਮੁਲਕਾਂ 'ਚ ਅਤੇ ਕੰਮ ਵੀ ਉਹ ਹੀ ਨੇ ਜਿਹੜੇ ਸਾਰੇ ਉੱਥੇ ਹੀ ਕਰੀ ਦੇ ਨੇ ਮਜ਼ੇਦਾਰ ਬਣ ਤੇ ਲੈਣ ਦੇ ਜੇ ਮਜ਼ੇਦਾਰ ਮੈਂ ਕਹਿੰਦੀ ਹਾਂ ਬਿਨਿਆਮੀਨ ਨੂੰ ਮਿਲਾਉਣ ਦੇ ਨਾ ਇੱਕ ਬਿਨਿਆਮੀਨ ਵੀ ਸਾਡਾ ਕੁੱਕ ਹੋ ਗਿਆ ਬਸ ਠੀਕ ਹੈ ਆਰਾਮ ਨਾਲ ਇਹ ਸਬਰ ਹੁੰਦਾ ਇਹ
ਕਿ ਮੇਰਾ ਨੱਕ ਲੰਮਾ ਹੈ ਪਰ ਆਓ ਇਹਨੂੰ ਪਰਾਂ ਰੱਖ ਉਹਨੂੰ ਹਲਾ ਜਰਾ ਜਿਹਦੇ ਜਿਹਦੇ ਨਾਲ ਲਾਣੀ ਹੈ ਥੋੜੀ ਥੋੜੀ ਕੈਚਅਪ ਵੀ ਧਰ ਲਓ ਭਾਵੇਂ ਤੇ ਉਹ ਗਾਰਲਿਕ ਸੌਸ ਜਿਹੜਾ ਹੁੰਦਾ ਥੋਮ ਵਾਲਾ ਤੂੰ ਆ ਚੁੱਪ ਦਾ ਰੋਗਾ ਤੇ ਰੱਖੇ ਆ ਬੋਲੀ ਚੱਲਦੀ ਪੈ ਤੂੰ ਨਹੀਂ ਸਭ ਤੂੰ ਸੇ ਬਲਾ 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 ਮੈਂ ਚੁੱਪ ਤੇ ਫਿਰ ਤੁਸੀਂ ਨਾ ਬੋਲੋ ਮੈਂ ਤਾਂ ਬੋਲਣਾ ਬੋਲੋ ਕਿਹ ਬੋਲ ਗਿਆ ਭੁੱਖ ਲੱਗੀ ਸੀ ਮੈਨੂੰ ਲੇਟ ਹੋ ਗਿਆ ਅਭੀ ਆਪ ਕੋਈ ਇੱਕ ਹੋਰ ਇਹ ਹੋ ਸਕਦਾ deden samen de foto. Aha. Ja, samen. Tegelijk en wat mee. Deze band. ਤਕਰੀਬਨ 3-4 ਮਿੰਟ ਦਾ ਟਾਈਮ ਹੁੰਦਾ ਉਤਨਾ ਇੱਥੇ ਰੈਡੀ ਹੋ ਜਾਂਦਾ ਜਿਤਨਾ ਪਤਲਾ ਕੱਟਿਆ ਹੋਵੇਗਾ ਉਤਨਾ ਹੀ ਜਲਦੀ ਰੈਡੀ ਹੋਵੇਗਾ ਬੱਚੇ ਦੇ ਕੋਈ ਨਾ ਕੋਈ ਸਬਰ ਹੁੰਦਾ ਹੀ ਜਿੰਨਾ ਪਿਆ ਹੁੰਦਾ ਆਪਣੇ ਜਗ੍ਹਾ ਚੀਜ਼ ਬਣਾਈ ਇਹ ਨਿੱਕੇ ਹੁੰਦੇ ਲੋਕ ਇੱਕ ਮਿੰਟ ਉਹਨਾਂ ਵਿਖਾ ਤਾਂ ਸਹੀ ਨਾ ਪਾ ਇੱਕ ਮਿੰਟ ਠਹਿਰ ਜਾ ਛੋਟੇ ਇੱਥੇ ਵਿਖਾ ਇਹ ਵੇਖੋ ਮਾਸ਼ਾ ਅੱਲਾਹ ਲਓ ਜੀ ਵੇਖੋ ਕਿੱਡਾ ਸੋਹਣਾ ਕੁੜਕਣਾ ਕੁੜਕਣਾ ਮਜ਼ੇਦਾਰ ਕੁੜਕਣਾ ਕੁੜਕਣੇ ਦਾ ਨਹੀਂ ਪਤਾ ਕਰੰਚੀ ਕੁੜਕਣਾ ਹੈਲੋ ਪੁੱਤਰੀ ਖਾਓ ਕੁੜਕਣਾ ਬਣਾ ਕੇ ਦਿਆਂ ਸਾਡੀ ਜ਼ਬਾਨ ਹੈ ਜਿਹੜੀ ਅਸੀਂ ਬੋਲਨੇ ਆ ਡੱਚ ਹਾਲੈਂਡ ਰਹਿੰਦੇ ਆ ਅਸੀਂ ਬੱਚਿਆਂ ਨੂੰ ਨਹੀਂ ਇਹ ਸਾਰੀ ਪੰਜਾਬੀ ਆਉਂਦੀ ਤੇ ਇਹ ਗੌਰਮੈਂਟ ਮੇਰੀ ਜਿਹੜੀ ਇਹ ਸਿੱਖਦੀ ਅਸੀਂ ਥੋੜੀ ਥੋੜੀ ਇਹ ਵੇਖਿਆ ਜੇ ਸਮਝ ਆਏ ਸੋ ਗੌਰਮੈਂਟ ਹੀ ਹੈ ਕਿ ਹੋਰ ਕੇ ਹੈ ਚੁੱਲ੍ਹਾ ਥੋੜਾ ਜਿਹਾ ਮਿੱਠਾ ਕਰ ਛੱਡ ਮੈਨੂੰ 5 ਤੇ ਕਰ ਕਿੰਨੇ ਸੜ ਜਾਣੇ ਕੰਪਲੈਕਸ ਹੋ ਲੈ ਕੇ ਥੋੜੀ ਜੀ ਕੰਪਲੈਕਸ ਇਹ ਫਲੈਕਸ ਹੀ ਫਿਰ ਕਹਿੰਦੇ ਫਲੈਕਸ ਫਲੈਕਸ ਨਹੀਂ ਸਾਡੇ ਕਹਿੰਦੇ ਸਾਡੇ ਕੰਪਲੈਕਸ ਹੀ ਕਹਿੰਦੇ
ਜਿਸ ਆਪ ਸਿੱਖਣੀ ਮੈਂ ਤੁਹਾਨੂੰ ਬਾਅਦ ਲੋ ਜਾਏ ਜੀ ਚੁੱਪ ਕਰ ਕੌਨਫਲੈਕਸ ਜ਼ੋਰ ਲਾ ਚਟਨੀ ਹੈ ਤੁਸੀਂ ਜ਼ਰੂਰ ਚੰਗਾ ਨਹੀਂ ਤਾਂ ਪੀਸ ਬੰਦਾ ਫੜ ਕੇ ਖਾ ਲੈਂਦਾ हेलो कैसा है यम्मी यम्मी मैंने यम्मी तू सुना यम्मी 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 इन माय टमी यम्मी इन योर टमी तो पंजाबी ते मारे तो नहीं है ना सच चलो सर इंग्लिश इंग्लिश में चाहते तेरे लोग समझ नहीं मारे ਕੋਈ ਮਸਲਾ ਨਹੀਂ ਮਸਲਾ ਤਾਂ ਹੈ ਨਾ ਤੂੰ ਇੰਗਲਿਸ਼ ਬੋਲੇ ਤੈਨੂੰ ਸਮਝ ਨਾ ਆਵੇ ਉਹਨਾਂ ਕਹਿਣਾ ਲੈ ਦੱਸ ਅੱਗੇ ਸਮਝ ਨਹੀਂ ਪੀ ਆਉਂਦੀ ਅੱਗੇ ਵੀ ਕਰਦੀ ਹੈ ਅਤੇ ਅੱਗੋਂ ਹੋਰ ਜ਼ਬਾਨ ਬੋਲ ਤੇ ਮੱਤ ਮਾਰਦੀ ਬਸ ਕਰੋ ਨਹੀਂ ਤਾਂ ਪੇ ਕੱਟਣਾ ਜਾਂ ਆਟਾ ਬਣਾਉਣਾ ਜੀ ਹੈਲੋ ਬੜੀ ਬਰੀਕ ਨਾ ਨਾ ਕਰ ਇੱਕ ਪਲੇਟ ਫੜ ਸਕਦੇ ਪਲੇਟਿਕ ਫੜ ਲੈਣਾ ਅਸੀਂ ਸਾਰੇ ਨਾਲੇ ਕੋਲ ਗਲਾਸ ਦੇ ਪੀਸ ਨੇ ਕਾਰਡ ਸਰੀ ਸਾਰੇ ਕਾਰਡ ਵੱਡਾ ਪੀਸ ਮੇਰਾ ਚਲੋ ਯਾਰ ਚੈੱਕ ਹੀ ਕਰਵਾ ਤੂੰ ਨਹੀਂ ਇਹ ਤਾਂ ਲੇਟ ਹੁੰਦਾ ਪਿਆ ਪਰ ਆਉਂਦਾ ਹੈਲੋ ਉਹ ਦਾਨ ਉਹ ਬੱਚਿਆਂ ਕੋਲ ਪੀਸ ਖਾਣ ਦੇ ਕੇ ਉਹ ਚਟਨੀ ਇੱਕ ਪੀਸ ਫੜਨ ਦੇ ਅੱਛਾ ਆਪਣਾ ਹੀ ਖਾਣਾ ਨਾ ਸਬਰ ਹੈ ਬੰਦੇ ਕੋਲ ਤਾਂ ਬੰਦਾ ਕਿਉਂ ਕਰੇ ਛੋਟੇ ਜਿਹੇ ਯਾਰ ਇੱਕ ਪੀਸ ਤੇ ਕਲਾਇੰਸ਼ ਉਹ ਵੀ ਨਹੀਂ ਲਓ ਜੀ ਮਾਸ਼ਾਅੱਲਾ ਸਾਡੇ ਵੀ ਰੈਡੀ ਹੋ ਆਏ ਨੇ ਦੋਵੇਂ ਪੀਸ ਨਿੱਕਿਆਂ ਵੱਲੋਂ ਖਾਣ ਵੈਰੀ ਗੁੱਡ ਵੈਰੀ ਗੁੱਡ ਯਾਰ ਥੈਂਕ ਯੂ ਡਿਸਗਸਟਿੰਗ ਮਜ਼ੇਦਾਰ ਮਜ਼ੇਦਾਰ ਸੋਰੀ ਲੈਕਰ ਮਜ਼ੇਦਾਰ ਮੈਂ ਤੁਹਾਨੂੰ ਪੰਜਾਬੀ ਦਾ ਕਹਿਣਾ ਤਾਂ ਆਪ ਫਿਰ ਬਸ ਬੋਲਣ ਲੱਗ ਪਿਆ ਚਲੋ ਰੈਡੀ ਹੋ ਗਿਆ ਯਾ ਚੁੱਲ੍ਹਾ ਬੰਦ ਕਰੋ ਵਾਚ ਆਊਟ ਹੈ ਮੇਰਾ ਤੇਰੇ ਤੋਂ ਤੂੰ ਫਿਰ ਕੱਢ ਨਹੀਂ 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 ਇਹ ਮੇਰਾ ਪੀਸ ਹੈ ਛੋਟਾ ਛੋਟਾ ਮੈਂ ਤਾਂ ਗੱਲ ਕੁੜਾਉਂਦਾ ਹੈਲੋ ਲਓ ਜੀ ਜਿਹੜਾ ਬਣਾਇਆ ਉਹ ਵੀ ਜਾਂਦਾ ਰਿਹਾ ਹੁਣ ਫਿਰ ਨਵੇਂ ਸਿਰ ਨੂੰ ਬਣਾਵਾਂਗੇ ਚਲੋ ਕਿਆ ਅੱਲਾ ਹਾਫਿਜ਼ ਟਰਾਈ ਕਰਿਓ ਘਰ ਅਤੇ ਖਾਸ ਕਰ ਬੱਚਿਆਂ ਨੂੰ ਕਵੇ ਉਹ ਨਾਲ ਮਦਦ ਕਰਨ ਖਾਣ ਵਿੱਚ ਤਾਂ ਉਹ ਨਹੀਂ ਕਰਦੇ ਨੇ ਅਤੇ ਬਣਾਉਣ ਵਿੱਚ ਵੀ ਕਰ ਲੈਣ ਅਤੇ ਆਪਣੇ ਵੀਡੀਓ 'ਚ ਇਨਸ਼ਾਅੱਲਾ ਫਿਰ ਮਿਲਾਂਗੇ ਅੱਲਾ ਹਾਫਿਜ਼ ਅੱਲਾ ਹਾਫਿਜ਼